ਸਤਿ ਸ਼੍ਰੀ ਅਕਾਲ ਵਿਦਿਆਰਥੀ ਦੋਸਤੋ, ਕਿਵੇਂ ਸਾਰੇ? ਫਿਰ ਸੋ ਮੈਨੂੰ ਇੱਕ ਆਡੀਓ ਮਿਲੀ ਆ ਜਿਹਦੇ ਵਿੱਚ ਕਿ ਇੱਕ ਪੱਤਰਕਾਰ ਅਤੇ ਐਗਜ਼ਾਮੀਨੇਸ਼ਨ ਕੰਟਰੋਲਰ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੇ ਉਹਨਾਂ ਵਿਚਕਾਰ ਗੱਲਬਾਤ ਹੋਈ ਆ ਆਫਲਾਈਨ ਜਾਂ ਆਨਲਾਈਨ ਐਗਜ਼ਾਮ ਬਾਰੇ ਅਤੇ ਜੋ ਇੰਸਟਰਕਸ਼ਨਸ ਆਈਆਂ ਨੇ ਗਵਰਨਮੈਂਟ ਵੱਲੋਂ। ਸੋ ਆਓ ਪਹਿਲਾਂ ਆਪਾਂ ਉਹ ਆਡੀਓ ਸੁਣ ਦਿਆਂਗੇ। ਹੈਲੋ, ਨਮਸਕਾਰ ਸਰ। ਨਮਸਕਾਰ ਜੀ। ਸਰ, ਕਮਲ ਕੁਮਾਰ ਗੱਲ ਕਰ ਰਹੇ ਹਾਂ, ਮੀਡੀਆ ਕੋਰਸਪੋਂਡੈਂਟ ਬਟਾਲਾ ਤੋਂ। ਸਰ, ਰੀਸੈਂਟਲੀ ਹੁਣੇ ਗਵਰਨਮੈਂਟ ਵੱਲੋਂ ਡਾਇਰੈਕਸ਼ਨਸ ਆਈਆਂ ਨੇ ਕਾਲਜ ਯੂਨੀਵਰਸਿਟੀ ਜਿਹੜੀਆਂ ਬੰਦ ਕਰਨ ਦੀ। ਸਰ, ਇਸ ਵਿਚਕਾਰ ਜਿਹੜੇ ਇੱਕ ਵਿਦਿਆਰਥੀ ਦੇ ਐਗਜ਼ਾਮਸ ਦੇ ਬਾਰੇ ਸਰ ਕੀ ਕਹਿਣਾ ਤੁਹਾਡਾ? ਐਗਜ਼ਾਮਸ ਕਿਹੜੇ ਮੋਡ ਦੇ ਸੰਬੰਧੀ ਹੋਣਗੇ, ਕਿਉਂਕਿ ਕਾਫੀ ਵਿਦਿਆਰਥੀ। ਦੇਖੋ, ਮੇਰੀ ਤੁਹਾਨੂੰ ਗੱਲ, ਹਾਲੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਰਕਾਰ ਕੋਲ ਹੁਣੇ ਇੰਸਟਰਕਸ਼ਨ ਆਈਆਂ, ਮੇਰੇ ਕੋਲ ਤੱਕ ਪਹੁੰਚੀਆਂ ਨੇ। ਜੀ 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 ਸਰ, ਯਾ ਸ਼ੋਰ ਹੈ। ਜੀ ਜੀ ਜੀ, ਜਦੋਂ ਆ ਜਾਣਗੇ? ਕਦੋਂ ਆਈਆਂ? ਹੁਣ ਆਈਆਂ ਸਰ, ਆ ਗਈ ਦੀ ਇੰਸਟਰਕਸ਼ਨਸ ਆ ਗਈ ਦੀ ਹੁਣੇ। ਹਾਂਜੀ, ਕਿੰਨੀ ਦੇਰ ਹੋਈ? ਅੱਜ ਦੀ ਜਾਂ ਕੱਲ ਆਈਆਂ? ਸਰ, ਅੱਜ ਆਈਆਂ ਜੀ। ਸੋਲਾਂ ਅਗਸਤ 2021 ਤੋਂ ਲੈ ਕੇ ਅਸੀਂ ਮਤਲਬ 30 ਨਵੰਬਰ ਤੱਕ ਸਾਰੀਆਂ ਆਫਲਾਈਨ ਕਲਾਸਾਂ ਲਈਆਂ। ਬੱਚੇ ਬੜੇ ਖੁਸ਼ ਸੀਗੇ ਆਫਲਾਈਨ ਕਲਾਸਾਂ ਲਾ ਕੇ ਜੀ, ਐਂਡ ਉਹਨਾਂ